ਤੁਹਾਡਾ ਨਾਮ? ਨਵਨੀਤ ਕੌਰ। ਹਾਂਜੀ, ਤੁਸੀਂ ਆ ਸੱਚ ਸ੍ਰੀ ਹਰਿਮੰਦਰ ਸਾਹਿਬ ਆ ਕੇ ਮੈਂ ਕਹਿਣਾ ਚਾਹੁੰਦੀ ਹਾਂ ਕਿ ਅੱਜ ਸਿੱਖਾਂ ਦੇ ਚੌਥੇ ਗੁਰੂ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਦਾ ਜਨਮ ਦਿਹਾੜਾ ਆ ਅਤੇ ਜਿਹੜੀਆਂ ਸੰਗਤਾਂ ਆ ਮਨਾ ਰਹੀਆਂ, ਦਿਲੋਂ ਮਨਾ ਰਹੀਆਂ। ਕਿਹੜੀ ਕਿਹੜੀ ਜਗ੍ਹਾ ਤੋਂ ਸੰਗਤਾਂ ਜਿਹੜੀਆਂ? ਹਾਂਜੀ, ਹਰੇਕ ਜਗ੍ਹਾ ਤੋਂ, ਹਿਮਾਚਲ ਤੋਂ, ਲੁਧਿਆਣੇ ਤੋਂ, ਮਤਲਬ ਵੀ ਪੰਜਾਬ ਤੋਂ ਬਾਹਰ ਵੀ ਦੁਨੀਆ ਆ ਰਹੀ ਹੈ ਗੁਰਦੁਆਰੇ ਸਾਹਿਬ ਮੱਥਾ ਟੇਕਣ, ਵਾਹਿਗੁਰੂ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ। ਅਤੇ ਇਸ ਕਰਕੇ ਮਤਲਬ ਵੀ ਤੁਸੀਂ ਆਏ ਹੋ ਮੱਥਾ ਟੇਕਣ? ਹਾਂਜੀ, ਅਰਦਾਸ ਕੀਤੀ ਗਈ ਕੋਈ? ਹਾਂਜੀ, ਦਰਸ਼ਨ ਕਰਨ ਆਏ ਹਾਂ ਕਿ ਵਾਹਿਗੁਰੂ ਜੀ ਅੰਮ੍ਰਿਤ ਵੇਲਾ ਮਤਲਬ ਵੀ ਚੰਗੇ ਸੰਸਕਾਰ ਬਖਸ਼ਣਾ ਅਤੇ ਆਪਣੀ ਬਾਣੀ ਬਾਣੇ ਨਾਲ ਜੋੜ ਕੇ ਰੱਖਣਾ ਹਮੇਸ਼ਾ। ਅੱਜ ਦੇ ਦਿਨ ਕੀ ਖਾਸ ਕੀ ਹੁੰਦਾ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ? ਆਤਿਸ਼ਬਾਜ਼ੀ ਚੱਲਦੀ ਹੈ ਅੱਜ ਵਾਲੇ ਦਿਨ 'ਚ। ਹਾਂ, ਅਤੇ ਨਾਲੇ ਪੂਰਾ ਪੂਰਾ ਦਰਬਾਰ ਸਾਹਿਬ। ਕੁਲਜੀਤ ਕੌਰ। ਹਾਂਜੀ, ਤੁਹਾਡਾ ਨਾਮ? ਕੁਲਜੀਤ ਕੌਰ। ਕਿਹੜੀ ਜਗ੍ਹਾ ਤੋਂ ਆਏ? ਜਗਦੇਵ ਕਲਾਂ। ਅਤੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋਏ ਹੋ, ਕਿਸ ਤਰ੍ਹਾਂ ਮਹਿਸੂਸ ਹੋਇਆ, ਕਿਸ ਤਰ੍ਹਾਂ ਦਾ ਲੱਗ ਰਿਹਾ? ਕੁਛ ਜੀ, ਬਹੁਤ ਵਧੀਆ ਲੱਗ ਰਿਹਾ ਹੈ। ਸੰਗਤਾਂ ਦੂਰ ਦੁਰਾਡਿਓਂ ਦਰਸ਼ਨ, ਦੇਸ਼ਾਂ ਵਿਦੇਸ਼ਾਂ ਦਾ ਦਰਸ਼ਨ ਕਰਨ ਆਉਂਦੀਆਂ ਹੈ ਅਤੇ ਹੋਰ ਆਪਣੇ ਪੰਜਾਬ, ਹਰਿਆਣਾ, ਹਿਮਾਚਲ ਸਾਹਿਬ ਤੋਂ ਦਰਸ਼ਨ ਕਰਦੀਆਂ, ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ। ਅਤੇ ਦੁਪਹਿਰ ਤੋਂ ਹੁਣ, ਅੱਜ ਦੇ ਦਿਨ ਖਾਸ ਹੈ ਵੀ ਦੁਪਹਿਰ ਹੁਣ 9 ਤੋਂ 12 ਵਜੇ ਤੱਕ ਜਲੌਸ ਸਜਾਏ ਹੋਏ ਆ ਸੰਗਤਾਂ ਦਰਸ਼ਨ ਕਰਨ, ਰਾਤ ਨੂੰ ਆਤਿਸ਼ਬਾਜ਼ੀ ਹੋਣੀ ਹੈ, ਦੀਪਮਾਲਾ ਹੋਣੀ ਹੈ, ਹੁਣ ਨਗਰ ਕੀਰਤਨ ਚੱਲ ਰਿਹਾ ਹੈ, ਨਗਰ ਕੀਰਤਨ ਦੇ ਦਰਸ਼ਨ ਕਰੋ, ਵਾਹਿਗੁਰੂ ਸਭ ਨੂੰ ਤੰਦਰੁਸਤੀਆਂ, ਖੁਸ਼ੀਆਂ ਖੇੜੇ ਅਤੇ ਪਰਮਾਤਮਾ ਚੜ੍ਹਦੀ ਕਲਾ ਪੁੱਛੇ। ਵਾਹਿਗੁਰੂ ਇਹੋ ਵੀ ਵਾਹਿਗੁਰੂ ਪਰਿਵਾਰ ਅਤੇ ਸਾਰੀ ਸੰਗਤ ਅਤੇ ਸਬਜ਼ੀਆਂ ਅਤੇ ਨਗਰ ਖੇੜੇ ਦੇਸ਼ਾਂ ਵਿਦੇਸ਼ਾਂ ਵਿੱਚ ਚੜ੍ਹਦੀ ਕਲਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਰ ਆਪਣਾ ਨਾਮ? ਸੁਰਜੀਤ ਸਿੰਘ। ਅੱਜ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਹੋ, ਕੀ ਹੈ ਜੀ ਕਿਸ ਤਰ੍ਹਾਂ ਮਨਾਇਆ ਜਾਂਦਾ ਇਸ ਦਿਹਾੜੇ ਬਾਰੇ? ਗੁਰੂ ਰਾਮਦਾਸ ਜੀ ਅੱਜ ਪ੍ਰਕਾਸ਼ ਦਿਹਾੜਾ ਹੈ, ਦੂਰੋਂ ਦੂਰੋਂ ਸੰਗਤਾਂ ਆਉਣੀਆਂ ਅੱਜ ਮੱਥਾ ਟੇਕਣ, ਅਤੇ ਰਾਤ ਨੂੰ ਦੀਪਮਾਲਾ ਵੀ ਹੋਈ ਹੈ, ਉਸ ਤੋਂ ਬਾਅਦ ਵੀ ਚੱਲੇਗੀ। ਨਗਰ ਕੀਰਤਨ ਜਿਹੜਾ ਕੱਢਿਆ ਜਾਂਦਾ ਉਸਦਾ ਕੀ ਮਤਲਬ? ਨਗਰ ਕੀਰਤਨ ਗੁਰੂ ਰਾਮਦਾਸ ਜੀ ਪ੍ਰਕਾਸ਼ ਪੁਰਬ ਮਨਾਉਣ ਵਾਸਤੇ ਆਉਂਦਾ ਹੈ। ਹਾਂਜੀ, ਕੀ ਅਰਦਾਸ ਕੀ ਕੀਤੀ ਗਈ? ਅਰਦਾਸ ਕੀਤੀ ਗਈ ਹੈ। ਹਾਂਜੀ ਸਰ, ਅੱਜ ਤੁਸੀਂ ਇੱਥੇ ਪਹੁੰਚੇ ਹੋ, ਬਾਬਾ ਜੀ ਦਾ ਦਿਹਾੜਾ ਆਇਆ, ਕੀ ਕਹਿਣਾ ਚਾਹੋਗੇ? ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਜਿਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਦਾ ਸਥਾਪਨਾ ਕੀਤੀ ਹੈ ਔਰ ਇੱਥੇ ਵਪਾਰਕ ਕੇਂਦਰ ਜਿਹੜਾ ਖੋਲ੍ਹਿਆ, ਵਪਾਰੀ ਲਿਆ ਕੇ ਇੱਥੇ ਸਥਾਪਿਤ ਕੀਤੇ ਨੇ, ਲਾਹੌਰ ਅਤੇ ਅੰਮ੍ਰਿਤਸਰ ਨਾਲ ਵਪਾਰ ਸ਼ੁਰੂ ਕੀਤਾ, ਵੱਖ ਵੱਖ ਤਰ੍ਹਾਂ ਦੇ ਇੱਥੇ 52 ਤਰ੍ਹਾਂ ਦੇ ਜਿਹੜੇ ਨੇ ਉਹ ਕਿਰਤਕਾਰ ਵਸਾਏ ਨੇ, ਔਰ ਜਿਹਦੇ ਵਿੱਚ ਦਾਲ ਮੰਡੀ, ਲੂਣ ਮੰਡੀ, ਆਟਾ ਮੰਡੀ, ਚੌਲ ਮੰਡੀ, ਤੇਲ ਮੰਡੀ, ਸਾਰੀਆਂ ਜਿਹੜੀਆਂ ਮੰਡੀਆਂ ਸ਼ਹਿਰ 'ਚ ਸਥਾਪਿਤ ਕੀਤੀਆਂ ਨੇ। ਅੱਜ ਉਸ ਪਾਤਸ਼ਾਹ ਦਾ ਜਿਨ੍ਹਾਂ ਨੇ ਅੰਮ੍ਰਿਤਸਰ ਨਗਰੀ ਵਸਾਈ, ਉਹਨਾਂ ਦਾ ਜਨਮ ਦਿਹਾੜਾ ਅਵਤਾਰ ਗੁਰਪੁਰਬ ਹੈ ਔਰ ਸਾਰੇ ਸੰਸਾਰ ਦੀਆਂ ਸੰਗਤਾਂ ਬੜੀ ਧੂਮਧਾਮ ਦੇ ਨਾਲ ਮਨਾ ਰਹੀਆਂ ਨੇ। ਅੱਜ ਭਾਈ ਵੀਰ ਸਿੰਘ ਹਾਲ ਤੋਂ ਇੱਕ ਵਿਸ਼ਾਲ ਪ੍ਰਭਾਤ ਫੇਰੀ ਅੰਮ੍ਰਿਤਸਰ ਸ਼ਹਿਰ ਦੀਆਂ ਸਾਰੀਆਂ ਸੰਗਤਾਂ ਗੁਰੂ ਜਸ ਗਾਉਂਦੀਆਂ ਹੋਈਆਂ ਜੀ, ਚਕੀਰਤਨੀ ਜਥੇ, ਸਿੰਘ ਸਭਾਵਾਂ, ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ, ਪੰਜਾਬ ਪਿਆਰਿਆਂ ਦੀ ਅਗਵਾਈ ਦੇ ਵਿੱਚ ਅੰਮ੍ਰਿਤਸਰ ਧਾਰਮਿਕ ਮੰਚ ਵੱਲੋਂ ਕੱਢੀ ਗਈ ਸੀ, ਜੋ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਮਾਪਤ ਹੋਈ ਆਣ ਕੇ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ ਗਿਆ, ਉਹਨਾਂ ਨੂੰ ਸਰੋਪ ਪਾਓ ਦਿੱਤੇ ਗਏ ਨੇ, ਗੁਰੂ ਦੇ ਲੰਗਰ ਲਗਾਏ ਗਏ ਨੇ, ਔਰ ਮੈਂ ਇਸ ਮੌਕੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਨਾ ਔਰ ਸਾਰੀਆਂ ਸੰਗਤਾਂ ਨੂੰ ਜਿਹੜੀ ਹੈ ਉਹ ਅੱਜ ਗੁਰਪੁਰਬ ਦੀ ਲੱਖ ਲੱਖ ਵਧਾਈ ਦੇਣਾ, ਔਰ ਇਹ ਅਪੀਲ ਕਰਦਾ ਸਾਰੀਆਂ ਸੰਗਤਾਂ ਨੂੰ ਕਿ ਇਸ ਦਿਨ ਅੰਮ੍ਰਿਤਸਰ ਸ਼ਹਿਰ ਦੀਆਂ ਸਾਰੀਆਂ ਬਿਲਡਿੰਗਾਂ, ਭਾਵੇਂ ਉਹ ਸਰਕਾਰੀ ਨੇ, ਭਾਵੇਂ ਗੈਰ ਸਰਕਾਰੀ ਨੇ, ਭਾਵੇਂ ਘਰ ਨੇ, ਉਹਨਾਂ ਦੇ ਵਿੱਚ ਦੀਪਮਾਲਾ ਜਿਹੜੀ ਹੈ ਵੱਡੇ ਪੱਧਰ 'ਤੇ ਕੀਤੀ ਜਾਏ ਤਾਂ ਕਿ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਹੋਏ ਹੋ, ਸਜਾਇਆ ਗਿਆ ਹੈ, ਔਰ ਕਿਸ ਤਰੀਕੇ ਦੇ ਨਾਲ ਤੁਸੀਂ ਅਰਦਾਸ ਵੀ ਕੀਤੀ ਹੋਏਗੀ, ਕੀ ਅਰਦਾਸ ਕੀਤੀ ਗਈ ਹੈ ਔਰ ਕਿਸ ਤਰੀਕੇ ਦੇ ਨਾਲ, ਕਿਉਂਕਿ ਤੁਸੀਂ ਅੱਜ ਸਾਡੀ ਸਾਰੀ ਅੰਮ੍ਰਿਤਸਰ ਧਾਰਮਿਕ ਮੰਚ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ ਔਰ ਗੁਰੂ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਦੇ ਸੁੰਦਰ ਜਲੌ ਜਿਹੜੇ ਸਜਾਏ ਗਏ ਨੇ ਔਰ ਸੰਗਤਾਂ ਵੱਡੀ ਗਿਣਤੀ ਦੇ ਵਿੱਚ, ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਜਿਹੜੇ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਕਮਸਤਕ ਹੁੰਦੇ ਨੇ ਔਰ ਸਾਡੇ ਅੰਮ੍ਰਿਤਸਰ ਵਾਸੀਆਂ ਲਈ ਬੜੇ ਭਾਗਾਂ ਵਾਲਾ ਦਿਨ ਨੇ ਔਰ ਬੜਾ ਧੰਨਵਾਦ ਕਰਨੇ ਗੁਰੂ ਮਹਾਰਾਜ ਦਾ।